ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਕਸਬੇ ਨੇੜੇ ਖੁੱਲ੍ਹੇ ਅਸਮਾਨ ਹੇਠ ਰਹਿ ਰਹੀ ਪ੍ਰਵਾਸੀ ਮਜ਼ਦੂਰ ਇੱਕ ਔਰਤ ਗਰਭਵਤੀ ਸੀ ਜਿਸ ਦੀ ਡਿਲੀਵਰੀ ਖੁੱਲ੍ਹੇ ਅਸਮਾਨ ਹੇਠ ਹੋ ਗਈ ਸੀ ਕਿਉਂਕਿ ਇਹਨਾਂ ਪ੍ਰਵਾਸੀਆਂ ਕੋਲ ਨਾ ਤਾਂ ਕੋਈ ਸਹੂਲਤ ਸੀ ਅਤੇ ਨਾ ਹੀ ਇਸ ਨੂੰ ਹਸਪਤਾਲ ਲਿਜਾਣ ਵਾਲਾ ਕੋਈ ਵੀ ਸਾਧਨ ਸੀ। ਇਸ ਲਈ 4 ਘੰਟੇ ਤਕਲੀਫ ਝੱਲਣ ਤੋਂ ਬਾਅਦ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇੱਕ ਸਮਾਜ ਸੇਵਕ ਨੇ ਔਰਤ ਨੂੰ ਵੇਖਿਆ, ਉਸਨੂੰ ਆਪਣੀ ਕਾਰ 'ਤੇ ਸਿਵਲ ਹਸਪਤਾਲ ਸਰਦੂਲਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਔਰਤ ਦੇ ਪੇਟ ਵਿੱਚ ਇਨਫੈਕਸ਼ਨ ਵੱਧ ਗਈ ਹੈ, ਇਸ ਲਈ ਇਸ ਨੂੰ ਇੱਕ ਵੱਡੇ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਮਾਜ ਸੇਵਕ ਨੇ ਦੱਸਿਆ ਕਿ ਜਦੋਂ ਉਸਨੇ ਔਰਤ ਦੀ ਹਾਲਤ ਵੇਖੀ ਤਾਂ ਉਸਨੇ ਇਸ ਨੂੰ ਸਥਾਨਕ ਹਸਪਤਾਲ ਪਹੁੰਚਾਇਆ, ਪਰ ਔਰਤ ਦੀ ਹਾਲਤ ਕਾਫੀ ਗੰਭੀਰ ਹੈ। ਪੰਜਾਬ ਨਿਊਜ਼ ਚੈਨਲ ਲਈ ਮਾਨਸਾ ਤੋਂ ਪਰਮਦੀਪ ਸਿੰਘ ਦੀ ਰਿਪੋਰਟ। ਪੇਸ਼ੈਂਟ ਰਵੀਨਾ ਸੀਗੀ, ਸਾਡੇ ਕੋਲ ਲਗਭਗ 7 ਵਜੇ ਦੇ ਕਰੀਬ ਸਵੇਰੇ ਆਈ ਹੈਗੀ, ਅਤੇ ਕੋਈ ਕਲੱਬ ਮੈਂਬਰ ਸੀਗੇ ਉਹ ਉਹਨਾਂ ਦੀ ਐਂਬੂਲੈਂਸ ਦੇ ਵਿੱਚ ਉਹ ਇੱਥੋਂ ਛੱਡ ਕੇ ਗਏ ਨੇ ਉਹਨਾਂ ਨੂੰ। ਅਤੇ ਪੇਸ਼ੈਂਟ ਜਦੋਂ ਆਈ ਹੈਗੀ ਇੱਥੇ, ਉਹਨਾਂ ਦੇ ਅਟੈਂਡੈਂਟਸ ਨੇ ਸਾਨੂੰ ਦੱਸਿਆ ਕਿ ਹੋਮ ਡਿਲੀਵਰੀ ਹੋਈ ਹੈ ਮਰੀਜ਼ ਦੀ, ਬੱਚਾ ਘਰ ਹੀ ਜਨਮ ਲੈ ਗਿਆ। ਅਤੇ ਇੱਥੇ ਆ ਕੇ ਸਾਡੇ ਟੀਮ ਵੱਲੋਂ ਪੂਰਾ ਜਿਹੜਾ ਮੁੱਢਲਾ ਇਲਾਜ ਹੈਗਾ ਉਹ ਕੀਤਾ ਗਿਆ ਪੇਸ਼ੈਂਟ ਦਾ। ਪੇਸ਼ੈਂਟ ਦੇ ਟੈਸਟ ਕਰਵਾਏ ਗਏ ਜਿਹਦੇ ਵਿੱਚ ਕਿ ਸਾਨੂੰ ਇਨਫੈਕਸ਼ਨ ਪਤਾ ਲੱਗੀ ਅਤੇ ਉਹਦਾ ਟ੍ਰੀਟਮੈਂਟ ਇੱਥੇ ਕੀਤਾ ਗਿਆ। ਅਤੇ ਬਾਕੀ ਪੇਸ਼ੈਂਟ ਦੀ ਹਾਲਤ ਨੂੰ ਦੇਖਦੇ ਹੋਏ ਗਾਇਨੀਕੋਲੋਜਿਸਟ ਦੇ ਓਪੀਨੀਅਨ ਨਾਲ ਅਸੀਂ ਪੇਸ਼ੈਂਟ ਨੂੰ ਸਿਵਲ ਹੋਸਪਿਟਲ ਮਾਨਸਾ ਰੈਫਰ ਕੀਤਾ ਤਾਂ ਕਿ ਉਹਦਾ ਵਧੀਆ ਇਲਾਜ ਹੋ ਸਕੇ। ਪਹਿਲਾਂ ਦਾ ਵੀ ਰਿਕਾਰਡ ਕੋਈ ਹੈ ਮੈਡਮ ਤੁਹਾਡੇ ਕੋਲ? ਨਹੀਂ, ਪਹਿਲਾਂ ਮਰੀਜ਼ ਦੇ ਅਟੈਂਡੈਂਟਸ ਵੀ ਪੁੱਛਿਆ ਤਾਂ ਉਹਨਾਂ ਕੋਲ ਕੋਈ ਵੀ ਬਲੱਡ ਰਿਪੋਰਟ ਜਾਂ ਕੋਈ ਵੀ ਅਲਟਰਾਸਾਊਂਡ ਰਿਪੋਰਟ ਉਹਨਾਂ ਕੋਲ ਨਹੀਂ ਸੀਗੀ ਅਤੇ ਕਦੇ ਵੀ ਉਹਨਾਂ ਨੇ ਹੋਸਪਿਟਲ ਦੇ ਵਿੱਚ ਚੈੱਕ ਨਹੀਂ ਕਰਵਾਇਆ ਹੈਗਾ। ਹਾਲੇ ਸੀ ਜੀ, ਅਸੀਂ ਸਵੇਰੇ ਜਦੋਂ ਸਬਜ਼ੀ ਮੰਡੀ ਪਹੁੰਚੇ ਤਾਂ ਇੱਥੇ ਕੋਰ ਝੀਂਜਗੜਾ ਅਤੇ ਰੌਲਾ ਰੱਪਾ ਬਹੁਤ ਜ਼ਿਆਦਾ ਪਾਰੀ ਸੀ ਅਤੇ ਉਸ ਦੇ ਨਾਲ ਇੱਕ ਆਦਮੀ ਸੀ ਅਤੇ ਇੱਕ ਔਰਤ ਸੀ। ਜਦੋਂ ਚੀਂਜਗੜਾ ਹੋਰ ਪੈ ਰਿਹਾ ਤਾਂ ਅਸੀਂ ਉਸਦੀ ਰੋਲੇ ਦੇ ਕਾਰਨ ਉਸਦੇ ਪਾਸ ਪਹੁੰਚੇ। ਜਦੋਂ ਜਾ ਕੇ ਪਹੁੰਚ ਕੇ ਦੇਖਿਆ ਤਾਂ ਉਸਦੇ ਪਾਸ ਇੱਕ ਛੋਟਾ ਜਿਹਾ ਬੱਚਾ, ਤਾਂ ਅਸੀਂ ਲਗਾਇਆ ਕਿ ਜਿਵੇਂ ਨਵੀਂ ਡਿਲੀਵਰੀ ਤਾਜ਼ੀ ਡਿਲੀਵਰੀ ਹੋਈ ਹੋਵੇ। ਤਾਂ ਅਸੀਂ ਪੁੱਛਿਆ ਵੀ ਉਸ ਔਰਤ ਦੀ ਕੰਡੀਸ਼ਨ ਇੰਨੀ ਜ਼ਿਆਦਾ ਖਰਾਬ ਸੀ ਕਿ ਉਹ ਬੋਲ ਨਹੀਂ ਰਹੀ ਸੀ, ਉਹ ਰੱਕੜੀ ਹੋਈ ਸੀ ਸਰੀਰ ਤੋਂ। ਤਾਂ ਫਿਰ ਅਸੀਂ ਉਸਨੂੰ ਭੱਜ ਕੇ ਲੀੜਾ ਲੱਪਾ ਦਿੱਤਾ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਐਂਬੂਲੈਂਸ ਨੂੰ ਫੋਨ ਕਰਕੇ ਐਂਬੂਲੈਂਸ ਬੁਲਾਈ, ਐਂਬੂਲੈਂਸ ਅਤੇ ਫਿਰ ਉਸ ਨੂੰ ਲਿਜਾ ਕੇ ਸਰਕਾਰੀ ਹੋਸਪਿਟਲ ਐਡਮਿਟ ਕਰਾਇਆ ਅਤੇ ਫਿਰ ਉਹਦਾ ਐਡਮਿਟ ਕਰਾਉਣ ਤੋਂ ਬਾਅਦ ਉਸਦਾ ਇਲਾਜ ਪ੍ਰੋਪਰ ਸਹੀ ਹੋਇਆ। ਕੀ ਮੰਗ ਕਰਦੇ ਹੋ ਤੁਸੀਂ, ਕੀ ਚਾਹੁੰਦੇ ਹੋ ਕਿ ਸਰਕਾਰ ਨੂੰ ਕੀ ਦੋਸ਼ ਦੇਣਾ ਚਾਹੁੰਦੇ? ਸਰਕਾਰ ਨੂੰ ਜੀ ਅਸੀਂ ਇਹ ਕਹਿਣਾ ਚਾਹੁੰਦੇ ਜੀ, ਸਰਕਾਰ ਜੱਚਾ ਬੱਚਾ ਸਕੀਮ ਨੂੰ ਬਹੁਤ ਜ਼ਿਆਦਾ ਬੜਾਵਾ ਦੇ ਰਹੀ ਹੈ ਅਤੇ ਇਹ ਤਾਂ ਚਲੋ ਅਸੀਂ ਮੰਨ ਲਓ ਕਿ ਇੱਕ ਆਮ ਆਦਮੀ ਨਜ਼ਦੀਕ ਸੀ ਕੋਲ ਕਿ ਇੱਕ ਡਿਲੀਵਰੀ ਕੇਸ ਜਿਸ ਤਰ੍ਹਾਂ ਗਰਭਵਤੀ ਔਰਤ ਇਸ ਤਰ੍ਹਾਂ ਚੀਂਜਗੜਾ ਪਾ ਰਹੀ ਹੈ, ਨਾ ਜਾਣੇ ਅਸੀਂ ਨਜ਼ਦੀਕ ਕੋਈ ਪ੍ਰਵਾਸੀ ਆਦਮੀ ਕੋਈ ਜਿਹਨੂੰ ਆਦਮੀ ਨਾ ਹੋਵੇ ਇਸ ਤਰ੍ਹਾਂ ਕਿ ਗਰਭਵਤੀ ਔਰਤ ਦੀ ਮ੍ਰਿਤੂ ਜਾਂ ਉਸਦੇ ਬੱਚੇ ਦੀ ਮ੍ਰਿਤੂ ਵੀ ਹੋ ਸਕਦੀ ਹੈ ਅਤੇ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ। ਸਾਡੇ ਵੱਡੇ ਭਰਾ ਮੋਹਨ ਲਾਲ ਸ਼ਰਮਾ ਜੀ ਜੋ ਵਾਈਸ ਪ੍ਰਧਾਨ ਨੇ ਸਬਜ਼ੀ ਮੰਡੀ ਦੇ, ਉਹਨਾਂ ਦਾ ਤਕਰੀਬਨ ਸਵੇਰੇ 6:30 ਵਜੇ ਫੋਨ ਆਇਆ ਜੀ ਮੈਨੂੰ ਵੀ ਇਸ ਤਰ੍ਹਾਂ ਵੀ ਇੱਕ ਔਰਤ ਨੇ ਜਿਹੜਾ ਹੈਗਾ ਖੁੱਲ੍ਹੇ ਅਸਮਾਨ ਦੇ ਥੱਲੇ ਸੜਕ ਦੇ ਉੱਤੇ ਇੱਕ ਬੱਚੇ ਨੂੰ ਜਨਮ ਦਿੱਤਾ ਜੀ। ਔਰ ਉਸੇ ਟਾਈਮ ਅਸੀਂ ਨਾਲ ਦੀ ਨਾਲ ਇੱਥੇ ਪਹੁੰਚੇ ਹਾਂ, ਆ ਕੇ ਅਸੀਂ ਦੇਖੀ ਜਿਹੜੀ ਪੋਜੀਸ਼ਨ ਸੀਗੀ, ਜਿਹੜੀ ਔਰਤ ਸੀ ਉਸ ਟਾਈਮ ਬੇਹੋਸ਼ ਸੀਗੀ ਜੀ, ਉਹਨੂੰ ਕੋਈ ਹੋਸ਼ ਨਹੀਂ ਸੀਗੀ। ਉਹਨੂੰ ਅਸੀਂ ਸੰਭਾਲਿਆ, ਸੰਭਾਲ ਕੇ ਉਹਨੂੰ ਐਂਬੂਲੈਂਸ ਦੇ ਵਿੱਚ ਸ਼ਿਫਟ ਕੀਤਾ। ਤਕਰੀਬਨ ਇਹ ਦੱਸਣ ਦੇ ਵਿੱਚ ਸਾਨੂੰ ਇੱਥੋਂ ਪਤਾ ਲੱਗਿਆ ਵੀ ਉਹਨੂੰ 5:30 ਦੇ ਕਰੀਬ ਜਿਹੜਾ ਲੇਬਰ ਪੇਨ ਸਟਾਰਟ ਹੋਇਆ ਸੀ, ਕਾਫੀ ਉਹਨਾਂ ਨੇ ਮਤਲਬ ਪੇਨ ਉਹਨੇ ਕਾਫੀ ਹੋਇਆ ਉਹਦੇ, ਔਰ ਚੀਂਗ ਚਿਘਾੜਾ ਵੀ ਇੱਥੇ ਹੋਇਆ ਔਰ ਕਾਫੀ ਇਕੱਠ ਹੋਇਆ ਸੀ ਇੱਥੇ। ਉਸ ਤੋਂ ਬਾਅਦ ਉਸਨੂੰ ਅਸੀਂ ਹੋਸਪਿਟਲ ਲੈ ਕੇ ਗਏ, ਉੱਥੇ ਦਾਖਲ ਕਰਵਾਇਆ, ਜਿਸ ਦਾ ਉਹਦਾ ਪ੍ਰੋਪਰ ਟ੍ਰੀਟਮੈਂਟ ਜਿਹੜਾ ਹੈਗਾ ਹੋਸਪਿਟਲ ਦੇ ਵਿੱਚ ਦਿੱਤਾ ਗਿਆ, ਉਸ ਤੋਂ ਇਮੀਡੀਏਟਲੀ ਉਹਨੂੰ ਮਾਨਸਾ ਰੈਫਰ ਕੀਤਾ ਗਿਆ। ਇੱਥੇ ਹਸਪਤਾਲ ਦੇ ਵਿੱਚ ਵੀ ਕੋਈ ਉਹਦਾ ਇਲਾਜ ਚੱਲਿਆ ਜੀ ਥੋੜ੍ਹਾ ਬਹੁਤ? ਉਹਦੇ ਉਹਨਾਂ ਨੇ ਇੰਜੈਕਸ਼ਨ ਮੰਗਵਾਇਆ ਸੀਗਾ ਜੀ, ਉਹ ਇੰਜੈਕਸ਼ਨ ਲਾਉਣ ਦੇ ਵਿੱਚ ਜਦੋਂ ਅਸੀਂ ਲੈ ਕੇ ਗਏ ਉਹਨਾਂ ਨੂੰ, ਉਸ ਟਾਈਮ ਕੋਈ ਡਾਕਟਰ ਮੌਜੂਦ ਨਹੀਂ ਸੀਗਾ, 2 ਨਰਸਿਸ ਸੀਗੀਆਂ, ਉਹਨਾਂ ਨੇ ਉਹਨਾਂ ਨੂੰ ਹੈਂਡਲ ਕੀਤਾ ਔਰ ਇੰਜੈਕਸ਼ਨ ਮੰਗਵਾਇਆ ਸੀ ਜਿਹੜਾ ਕਾਫੀ ਸਮੇਂ ਬਾਅਦ ਸਾਡੇ ਪ੍ਰੈਸ ਰਿਪੋਰਟਰ ਵੀਰ ਜੀ ਉਹ ਗਏ ਸੀ, ਉਹਨਾਂ ਨੇ ਲਗਵਾਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਤੁਰੰਤ ਹੀ ਮਾਨਸਾ ਰੈਫਰ ਕਰਤਾ।